ਕਾਲ ਕੀਤੀ ਹੈ ਭਾਰਤ ਕੈਨੇਡਾ ਵਿਵਾਦ ਦੀ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਚੱਲਦਾ ਰਿਹਾ ਤਾਂ ਇਸ ਦੇ ਨਾਲ ਕੈਨੇਡਾ ਦਾ ਨੁਕਸਾਨ ਹੋ ਸਕਦਾ ਹੈ ਸਵਾਲ ਠਾਇਆ ਸੀ ਜਸਟਨ ਟ੍ਰੂਡੋ ਸਾਹਿਬ ਤੇ ਕਿ ਭਾਰਤ ਵਰਗੇ ਵੱਡੇ ਦੇਸ਼ ਦੇ ਨਾਲ ਜੇ ਸਾਡਾ ਇਸ ਤਰ੍ਹਾਂ ਦਾ ਰਫਟ ਰਹਿੰਦਾ ਹੈ ਇਸ ਤਰ੍ਹਾਂ ਦਾ ਕਲੇਸ਼ ਚੱਲਦਾ ਹੈ ਅਸੀਂ ਨੁਕਸਾਨ 'ਚ ਜਾਵਾਂਗੇ ਉੱਥੇ ਵੀ ਚੋਣਾਂ ਨੇ ਭਾਰਤ 'ਚ ਵੀ ਚੋਣਾਂ ਨੇ ਤੂੰ ਦਿਖ ਰਿਹਾ ਇਹ ਹੋਵੇਗਾ ਇਹ ਜਿਹੜੀਆਂ ਚੋਣਾ ਨੇ ਇਹਦੇ ਨਾਲ ਅਸਰ ਕਿੰਨਾ ਕੁ ਪੈਂਦਾ ਹੈ ਸੋ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਉਹਨਾਂ ਦੇ ਵਿਰੋਧੀ ਪਾਰਟੀ ਵਾਲਿਆਂ ਨੇ ਵੀ ਚੁੱਕ ਲਿਆ ਜਿਹੜਾ ਕੂਟਨੀਤਿਕ ਸਬੰਧ ਨੇ ਉਹਨਾਂ ਨੂੰ ਪਨਾ ਕੇ ਦੋਹਾਂ ਮੁਲਕਾਂ ਨੂੰ ਆਪਣੇ ਰਿਸ਼ਤੇ ਸੁਧਾਰਨੇ ਚਾਹੀਦੇ ਆ ਜੇ ਰਿਸ਼ਤੇ ਨਹੀਂ ਸੁਧਰਦੇ ਤਾਂ ਨੁਕਸਾਨ ਦੋਹਾਂ ਪਾਸਿਆਂ ਤੋਂ ਆਏ ਪੰਜਾਬ ਨੂੰ ਸਭ ਤੋਂ ਵੱਧ ਹੈ 2024 ਦੀਆਂ ਚੋਣਾਂ ਦੀ ਤਾਂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਹੋ ਸਕਦਾ ਹੈ ਜਿਸ ਨੂੰ ਲੈ ਕੇ ਇਕੱਠੇ ਚੋਣਾਂ ਜਿਹੜੀਆਂ ਆਪਣੀਆਂ ਲੜ ਸਕਦੇ। ਸੂਤਰਾਂ ਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਵੱਡੇ ਆਗੂ ਰਾਹੁਲ ਗਾਂਧੀ ਇਸੇ ਤਰ੍ਹਾਂ ਕੇ ਸੀ ਬినੂ ਗੋਪਾਲ ਮਲਕਰਜਨ ਖੜਗੇ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਉਸ ਪੱਧਰ ਤੇ ਉਥੇ ਗੱਲਬਾਤ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਚੰਡੀਗੜ੍ਹ ਸਬੇਤ ਤੇ 14 ਸੀਟਾਂ ਵੰਡਦੀਆਂ ਨੇ ਇਹ 7-7 ਸੀਟਾਂ ਤੇ ਲੜ ਸਕਦੇ ਆ ਕਹਿੰਦੇ ਸੰਗਰੂਰ ਬਠਿੰਡਾ ਬਰੀਲਕੌਰ ਫਿਰੋਜ਼ਪੁਰ ਪਟਿਆਲਾ ਲੁਧਿਆਣਾ ਤੇ ਚੰਡੀਗੜ੍ਹ ਇਹ ਤਾਂ ਜਾ ਸਕਦੇ ਆ ਨੇ ਆਮ ਆਦਮੀ ਪਾਰਟੀ ਦੇ ਸੇ ਅਮਰਤਸਰ ਗੁਰਦਾਸਪੁਰ ਖੰਡੂਰ ਸਾਹਿਬ ਜਲੰਧਰ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਇਹ ਆ ਸਕਦੀਆਂ ਨੇ ਕਾਂਗਰਸ ਦੇ ਇਸ ਦੇ ਨਾਲ ਹੀ ਇੱਕ ਕੱਲ ਕੀਤੇ ਸ਼ਰੂਮ ਨੇ ਅਕਾਲੀ ਦਲ ਦੀ ਤਾਂ ਉਹਨਾਂ ਦੇ ਬਲਾਕ ਪ੍ਰਧਾਨ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਜਥੇਦਾਰ ਹਰਮਿੰਦਰ ਸਿੰਘ ਪੱਤੋ ਉਹੀ ਇਲਜ਼ਾਮ ਇਹਨਾਂ ਨੇ ਲਾਤਾ ਕਿ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਭਾਰੂ ਹੈ ਪੁਰਾਣਾ ਅਕਾਲੀ ਦਲ ਕਿਤੇ ਰਿਹਾ ਨਹੀਂ ਪਰਵਾਰ ਬਾਦ ਬਹੁਤ ਵੱਡੇ ਪੱਧਰ ਤੇ ਭੜੂ ਹੋ ਗਿਆ ਇਹਨਾਂ ਦਾ ਕਹਿਣਾ ਹੈ ਕਿ ਫਿਰ ਮੈਂ ਅਕਾਲੀ ਦਲ ਵਿੱਚ ਹੀ ਰਹਿੰਦਾ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਹਾਜ਼ਰ ਹਾਂ ਜਿੱਦੇ ਵਿੱਚ ਅਸੀਂ ਬੋਖੋ-ਬਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆਓ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ ਜੇਕਰ ਗੱਲ ਕੀਤੀ ਹੈ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਦੇ ਵੱਲੋਂ 26 ਇੰਡਸਟਰੀਆਂ ਨੂੰ ਜਿਹੜਾ ਕੈਬਨਿਟ ਦਾ ਅਹੁਦਾ ਦਿੱਤਾ ਗਿਆ ਜੀ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਜਿਵੇਂ ਸਰਦਾਰ ਪਗਵੰਤ ਸਿੰਘ ਮਾਨ ਕਹਿੰਦੇ ਸੀ ਪਿਛਲੇ ਦਿਨਾਂ ਦੇ ਵਿੱਚ ਸਤੰਬਰ ਦੇ ਵਿੱਚ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਮਹਾਲੀ ਇਹਨਾਂ ਨੇ ਸੰਤਕਾਰਾਂ ਦੇ ਨਾਲ ਮੀਟਿੰਗ ਕੀਤੀ ਸੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਹਾਲਾਂਕਿ 2021 ਦੇ ਵਿੱਚ ਚੋਣਾਂ ਤੋਂ ਪਹਿਲਾਂ 2022 ਚ ਉਦੋਂ ਵੀ ਮੀਟਿੰਗਾਂ ਕੀਤੀਆਂ ਸੀ ਤੇ ਉਹਨਾਂ ਨੇ ਕੁਝ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚ ਕੁਝ ਗੱਲਾਂ ਬਾਤਾਂ ਤੈਅ ਹੋਈਆਂ ਸੀ ਕਿ ਅਸੀਂ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਸੰਤਕਾਰਾਂ ਨੂੰ ਜ਼ਿੰਮੇਵਾਰੀਆਂ ਦੇਵਾਂਗੇ ਪਤਾ ਲੱਗਿਆ ਕਿ 26 ਬੱਕ ਬੱਕ ਖੇਤਰਾਵਾਂ ਚੋਂ ਉਹਨਾਂ ਦੇ ਨਮਾਇंदे ਲੈ ਕੇ ਉਹਨਾਂ ਨੂੰ ਕੈਬਨਟ ਦਾ ਮੰਤਰੀ ਮੰਡਲ ਜਿੰਨਾ ਦਰਜਾ ਦਿੱਤਾ ਜਾਵੇਗਾ ਤੇ ਸੰਤੀ ਸਲਾਹਕਾਰ ਕਮਿਸ਼ਨ ਇਹ ਗਠਨ ਹੋਵੇਗਾ ਇਹਦੇ ਲਈ ਅਧ ਸੂਚਨਾ ਜਿਹਨੂੰ ਨੋਟੀਫਿਕੇਸ਼ਨ ਕਹਿੰਦੇ ਆਪਾਂ ਅੰਗਰੇਜ਼ੀ ਚ ਉਹ ਜਾਰੀ ਕਰ ਦਿੱਤੀ ਗਈ ਹੈ ਇਹਦੇ ਚ ਕਿਹੜੇ ਕਿਹੜੇ ਹੈ ਇਹਦੇ ਵਿੱਚ ਇਹ ਕਹਿੰਦੇ ਟੈਕਸਟਾਈਲ ਇਨਕਲੂਡਿੰਗ ਕਾਟਨ ਗੇਨਿੰਗ ਸਪਿੰਨਿੰਗ ਵੀਵਿੰਗ ਇਸੇ ਤਰ੍ਹਾਂ ਟੈਕਨੀਕਲ ਟੈਕਸਟਾਈਲ ਡਾਈਂਗ ਐਂਡ ਫਿਨਿਸ਼ਿੰਗ ਯੂਨਿਟਸ ਮਸ਼ੀਨ ਟੂਲਸ ਅਨਕਲੂਡਿੰਗ ਹੈਂਡ ਟੂਲਸ ਐਂਡ ਪਾਵਰ ਟੂਲਸ ਸਪੋਰਟਸ ਗੁੱਡਜ ਭਾਵ ਖੇਡਾਂ ਵਾਲੀਆਂ ਇਹਨਾਂ ਨੂੰ ਵੀ ਹੈ ਐਗਰੀ ਐਂਡ ਫੂਡ ਪ੍ਰੋਸੈਸਿੰਗ ਜੋ ਅਨਕਲੂਡਿੰਗ जिड़िया दुध दाद नेगरी एंड फूड इस तरह शैलर जे चौल मिला मिलान नेगिया साइकल एंड सैकल कंपोनेंट बइसाइकल कंपोनेंट पार्ट्स इस तरह इलैक्ट्रो पलेटिंग ई बाइकस ਐਂਡ ਸਿਊਇੰਗ ਮਸ਼ੀਨ ਸਲਾਈ ਮਸ਼ੀਨਾ ਖੇਤੀਬਾੜੀ ਮਸ਼ੀਨਰੀ ਉਹਨਾਂ ਨਾਲ ਸੰਬੰਧਿਤ ਜਿਹੜੇ ਹੋਰ ਸਾਜੋ ਸਮਾਨ ਬੰਦੇ ਨੇ ਇਸੇ ਤਰ੍ਹਾਂ ਇਹਨਾਂ ਨੇ ਅੱਗੇ ਰੱਖਿਆ ਜੀ ਫਾਰਮਾਸੂਟਿਕਲ ਜੀ ਜਿਹਦੇ ਵਿੱਚ ਲਾਈ ਸਾਇੰਸ ਐਂਡ ਬਾਇਓਟੈਕਨੋਲੋਜੀ ਇਸੇ ਤਰ੍ਹਾਂ ਇਹਨਾਂ ਨੇ ਅਲੋਇਜ ਐਂਡ ਸਟੀਲ ਐਂਡ ਮੈਟਲ ਪ੍ਰੋਡਕਟ ਬਈ ਉਹ ਜਿਹੜੇ ਪ੍ਰੋਡਕਟ ਨੇ ਆਟੋ ਆਟੋ ਕੰਪੋਨੈਂਟਸ ਇਨਕਲੂਡਿੰਗ ਇਲੈਕਟ੍ਰਿਕ ਵਹੀਕਲ ਜਿਹੜੀਆਂ ਅੱਜਕੱਲ ਬਿਜਲੀ ਵਾਹਨ ਆ ਗਏ ਨੇ ਸਕੂਟਰ ਮੋਟਰਸਾਈਕਲ ਕਾਰਾਂ ਪਰਫਰਮੇਸ਼ਨ ਟੈਕਨੋਲੋਜੀ ਇਹਨਾਂ ਨੂੰ ਵੀ ਵਿੱਚ ਰੱਖਿਆਗਾ ਪੇਪਰ ਐਂਡ ਪੇਪਰ ਬੇਸਡ पैकिंग जोंट प्लाईवुड एंड वुड प्रोडक्ट्स प्लाईवुड ਬਾਰੇ ਸਾਨੂੰ ਪਤਾ ਹੈ ਹੋਟਲ ਤੇ ਹਸਪੀਟਲਟੀ ਪਲਾਸਟਿਕ ਤੇ ਕੈਮੀਕਲ ਪ੍ਰੋਡਕਟਸ ਲੋਜਿਸਟਿਕਸ ਇਸੇ ਤਰ੍ਹਾਂ ਕੰਸਟਰਕਸ਼ਨ ਮਟੀਰੀਅਲ ਉਹ ਸਾਰੀ ਦਾ ਜਿਹੜਾ ਮਟੀਰੀਅਲ ਹੈ ਜਿਵੇਂ ਸਿਮਿੰਟ ਵਗੈਰਾ ਸਾਰਾ ਇਹ ਆ ਗਿਆ ਉਹਦੇ ਵਿੱਚ इस तरह हेल्थ केयर सेहत केयर टूरिजम सैर सपाटा मीडिया एंड इंटरटेनमेंट मीडिया इलैक्ट्रॉनिक प्रिंट एंटरटेनमेंट ये भी नाल रखे प्रिंटिंग एंड पैकिंग छपाई तो पैक सेहत टूरिजम ਵਾਇਰ ਡਰਾਇੰਗ ਐਂਡ ਫਾਸਟਰਜ ਐਂਡ ਆਖਰੀ ਜਿਹੜਾ ਹੈਗਾ ਜੀ ਉਹ ਰੀਅਲ ਏਸਟੇਟ ਇਹਨਾਂ ਸਾਰਿਆਂ ਨੂੰ ਇਹਦੇ ਵਿੱਚ ਰੱਖਿਆ 26 ਬਕਵਾ ਖੇਤਰਾ ਨੂੰ ਇਹਨਾਂ ਦੇ ਵਿੱਚੋਂ ਜਿਹੜੇ ਨਮਾਇंदे ਲਈ ਜਾਣਗੇ ਇਸ ਕਮਿਸ਼ਨ ਦੇ ਉਹਨਾਂ ਦੇ ਕੋਲ ਕਹਿੰਦੇ ਕੈਬਨਟ ਦਾ ਰੈਂਕ ਕੋ ਵੀਗਾ ਕਿਹੜੀਆਂ ਪਾਵਰਾਂ ਉਹਨਾਂ ਕੋਲੇ ਹੋਣਗੀਆਂ ਕੀ ਉਹ ਕਰ ਸਕਦੇ ਆ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਸਨਤਕਾਰਾਂ ਦੀ ਪਰਫੁੱਲਤਾ ਲਈ ਇੱਕ ਕਮਿਸ਼ਨ ਗਠਿਤ ਕੀਤਾ ਗਿਆ ਹੈ ਤੇ ਉਮੀਦ ਰੱਖਦੇ ਹਾਂ ਕਿ ਅਗਲੇ ਦੌਰਾਂ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਸੰਤਾਨ ਨੂੰ ਕਿਵੇਂ ਉਤਸ਼ਾਹਤ ਕਰਨਾ ਉਹਨਾਂ ਚੀਜ਼ਾਂ ਨੂੰ ਇਹਦੇ ਵਿੱਚ ਰੱਖਿਆ ਜਾ ਰਿਹਾ ਹੈ ਜੀ ਇਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਸਾਬਕਾ ਪੁਲਿਸ ਅਫਸਰ ਗੁਰਮੀਤ ਪਿੰਕੀ ਦੀ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਜੀ ਗਰਮੀਤ ਪਿੰਕ ਇੱਕ ਚਰਚਤ ਪੁਲਿਸ ਟੀਰਸ ਸੀ ਲੁਧਿਆਣੇ ਦਾ ਹੀ ਰਹਿਣ ਵਾਲਾ ਇਹਨੇ ਕਈ ਮਾਮਲਿਆਂ ਦੇ ਵਿੱਚ ਇਹ ਬੜਾ ਚਰਚਿਤ ਸੀ ਬਾਅਦ ਦੇ ਵਿੱਚ ਇਹਨੇ ਖੜਕੂ ਬਾਅਦ ਵੇਲੇ ਬਹੁਤ ਸਾਰੇ ਝੂਠੇ ਮੁਕਾਬਲਿਆਂ ਦੇ ਕਿਸੇ ਵੀ ਖੋਲੇ ਇਹ ਮੁੰਡਾ ਸੀ ਕਵਤਾਰ ਸਿੰਘ ਗੋਲਾ ਇਹਦੇ ਇਲਾਕੇ ਦਾ ਰਾਹ ਪੁੱਛਣ ਲੱਗਿਆ ਉਹਦੇ ਗੋਲੀ ਮਾਰਤੀ ਉਹਦੇ ਵਿੱਚ ਇਹਨੂੰ ਉਮਰ ਕੈਦ ਹੋ ਗਈ ਪਰ 7 ਸਾਲ ਬਾਅਦ ਉਸ ਸਮੇਂ ਦੀ ਸਰਕਾਰ ਨੇ ਇਹਨੂੰ ਮਾਫੀ ਦਿੱਤੀ ਤੇ ਬਾਹਰ ਆ ਗਿਆ ਉਸ ਵੇਲੇ ਇਹ ਪਟਿਆਲੇ ਦੀ ਜੇਲ੍ਹ ਚ ਵੀ ਰਿਹਾ ਕਾਫੀ ਚਿਰ 2001 ਚ ਨੇ ਉਹ ਨੌਜਵਾਨ ਦਾ ਕਤਲ ਕੀਤਾ ਸੀ ਅਵਤਾਰ ਸਿੰਘ ਗੋਲੇ ਦਾ ਸਾਬਿਆਂ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਦੇ ਵਿੱਚ ਵੀ ਅਹਿਮ ਭੂਮਿਕਾ ਸੀ ਇਹਨੂੰ ਪੰਜਾਬ ਸਰਕਾਰ ਵੱਲੋਂ ਤਗਮਾ ਵੀ ਮਿਲਿਆ ਸੀ ਉਦੋਂ ਫਰਜੀ ਮੁਕਾਬਲੇ ਮਾਰੇ ਅੱਤਵਾਦ ਦੌਰਾਨ 52 ਫਰਜੀ ਮੁਕਾਬਲਿਆਂ ਦੇ ਸਬੂਤ ਇਹਨੇ ਦਿੱਤੇ ਸੀ ਬਾਅਦ ਵਿੱਚ ਸਿਆਸਤ ਕਾफी ਗਰਮਾ ਗਈ ਅੱਜ ਕੱਲ ਇਹ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਇਹਨੂੰ ਡੇਂਗੂ ਹੋ ਗਿਆ ਕਹਿੰਦੇ ਇਹਦੇ ਸੈੱਲ ਵਗੈਰਾ ਘਟ ਗਏ ਜਦੋਂ ਇਹਦੇ ਸੈੱਲ ਵਗੈਰਾ ਘਟ ਗਏ ਤੇ ਅੱਜ ਇਹਨੇ ਆਖਰੀ ਸਾਹ ਲਿਆ ਇਹਦੀ ਮੌਤ ਹੋ ਗਈ ਸੋ ਗੁਰਵੀਤ ਪਿੰਕੀ ਪਰ ਰਵੈਤੀ ਤੌਰ ਤੇ ਇਹ ਪੁਰਾਣੇ ਠਾਣੇਦਾਰਾ ਮੰਗੂ ਤੁਰਲੇ ਵਾਲੀ ਪੱਗ ਬੰਦਾ ਹੁੰਦਾ ਸੀ ਉਹ ਕੁਲਾ ਤੇ ਤੁਰਲਾ ਸੋ ਇਹਦਾ ਜਦ ਹੱਥ ਹੋ ਗਿਆ ਕਾਫੀ ਚਰਚਤ ਗੁਰਮੀਤ ਪਿੰਕੀ ਆਪਣੇ ਵਿਭਾਗ ਦੇ ਵਿੱਚ ਚੰਗੇ ਤੇ ਮਾਰੇ ਦੋਨਾਂ ਕੰਮਾਂ ਵਾਸਤੇ ਰਹਿ ਹੈ ਜੀ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਹੈ ਭਾਰਤ ਕੈਨੇਡਾ ਵਿਵਾਦ ਦੀ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਚੱਲਦਾ ਰਿਹਾ ਤਾਂ ਇਸ ਦੇ ਨਾਲ ਕੈਨੇਡਾ ਦਾ ਨੁਕਸਾਨ ਹੋ ਸਕਦਾ ਹੈ ਪੱਗੂ ਸਾਹਿਬ ਸਾਨੂੰ ਪਤਾ ਕਿ ਜਦੋਂ ਤੋਂ ਜਸਟਨ ਟਰੂਡੋ ਭਾਰਤ ਆਏ ਜੀ 20 ਸਮੇਲਨ ਵਾਸਤੇ ਉਸ ਤੋਂ ਬਾਅਦ ਭਾਰਤ ਦਾ ਤੇ ਕੈਨੇਡਾ ਦਾ ਰਫੜ ਪਿਆ ਹਰਦੀਪ ਸਿੰਘ ਨੈਜਰ ਕਤਲ ਮਾਮਲੇ ਦੇ ਵਿੱਚ ਵੱਡੀਆਂ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਤੇ ਬਿਸ਼ਪ ਗੁਰੂ ਜੀ ਅਲੱਗ-ਤਲੱਗ ਪੈ ਗਈ ਇਹਦੇ ਵਿੱਚ ਜਿਹੜੇ ਇਹਨਾਂ ਦੇ ਵਿਰੋਧੀ ਧਿਰ ਦੇ ਪਾਰਟੀ ਦੇ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਐ ਪੋਲੀ ਲੇਬਰ ਪੋਲੀ ਲੇਬਰ ਉਹਨਾਂ ਨੇ ਵੀ ਸਵਾਲ ਠਾਇਆ ਸੀ ਜਸਟਨ ਟਰੂਡੋ ਸਾਹਿਬ ਤੇ ਕਿ ਭਾਰਤ ਵਰਗੇ ਵੱਡੇ ਦੇਸ਼ ਦੇ ਨਾਲ ਜੇ ਸਾਡਾ ਇਸ ਤਰ੍ਹਾਂ ਦਾ ਰਫੜ ਰਹਿੰਦਾ ਹੈ ਇਸ ਤਰ੍ਹਾਂ ਦਾ ਕਲੇਸ਼ ਚੱਲਦਾ ਹੈ ਅਸੀਂ ਨੁਕਸਾਨ ਚ ਜਾਵਾਂਗੇ ਇਸ ਸਬੰਧ ਦੇ ਵਿੱਚ ਮੀਡੀਆ ਦੇ ਵਿੱਚ ਇੱਕ ਵੱਡੇ ਅੰਕੜੇ ਸਾਹਮਣੇ ਆਏ ਹੈ ਕਿ ਇਸ ਵੇਲੇ ਜਿਹੜੇ ਕੈਨੇਡਾ ਦੇ ਵੱਡੇ ਕਾਲਜ ਤੇ ਯੂਨੀਵਰਸਿਟੀਆਂ ਨੇ 2017-18 ਵਿੱਚ ਭੰਗੂ ਉੱਤੇ 18.9% ਜੀ ਸਾਡੀਆਂ ਫੀਸਾਂ ਜਾਂਦੀਆਂ ਸੀ ਜਿਹੜੀਆਂ ਹੁਣ ਵੱਧ ਕੇ 55 ਤੋਂ 72% ਹੋ ਗਈਆਂ ਨੇ ਪਾਪ ਉਹਨਾਂ ਦੇ ਵਿਦਿਅਕ ਸਥਾਨਾਂ ਦੇ ਵਿੱਚ ਭਾਰਤ ਦਾ ਇਹ ਹੱਦ ਤੱਕਰ ਪੈਸਾ ਜਾ ਕੇ ਇਨਵੈਸਟ ਹੋ ਰਿਹਾ ਹੈ ਤੇ ਜੇ ਇਹ ਰੁਕ ਗਿਆ ਉਹਦਾ ਨੁਕਸਾਨ ਭਾਰਤ ਨਾਲੋਂ ਵੱਧ ਕੈਨੇਡਾ ਨੂੰ ਹੋਣਾ ਹੈ ਉੱਥੇ ਵੀ ਚੋਣਾਂ ਨੇ ਭਾਰਤ 'ਚ ਵੀ ਚੋਣਾਂ ਨੇ ਤੁਹਾਨੂੰ ਦੇਖਣਾ ਇਹ ਹੋਵੇਗਾ ਇਹ ਜਿਹੜੀਆਂ ਚੋਣਾਂ ਨੇ ਇਹਦੇ ਨਾਲ ਅਸਰ ਕਿੰਨਾ ਕੁ ਪੈਂਦਾ ਹੈ ਜੀ ਸੋ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਉਹਨਾਂ ਦੇ ਵਿਰੋਧੀ ਪਾਰਟੀ ਵਾਲਿਆਂ ਨੇ ਵੀ ਚੁੱਕ ਲਿਆ ਅੰਕੜਿਆਂ ਦੇ ਆਧਾਰ ਤੇ ਇੱਕ ਰਿਪੋਰਟ ਵੀ ਜਾਰੀ ਹੋਗੀ ਤੁਸੀਂ ਦੇਖੋ ਕਿ 18 19 18 ਤੇ 5 23 50 ਸਾਲਾਂ ਦੇ ਵਿੱਚ 55 ਤੋਂ 72% ਭਾ 20 30 60 20 ਚੌਕਾ ਤਕਰੀਬਨ ਪੌਣੇ 4 ਗੁਣਾ ਇਹ 5 ਸਾਲਾਂ ਦੇ ਵਿੱਚ ਫੀਸ ਵਧ ਕੇ ਉੱਥੇ ਪਹੁੰਚ ਗਈ ਹੈ। ਕਾਫੀ ਇਹ ਵੱਡੀ ਗੱਲ ਹੈ, ਅਹਿਮ ਗੱਲ ਹੈ। ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਦ ਕੂਟਨੀਤਿਕ ਸਬੰਧ ਨੇ ਉਹਨਾਂ ਨੂੰ ਅਪਣਾ ਕੇ ਦੋਹਾਂ ਮੁਲਕਾਂ ਨੂੰ ਆਪਣੇ ਰਿਸ਼ਤੇ ਸੁਧਾਰਨੇ ਚਾਹੀਦੇ ਆ ਜੇ ਰਿਸ਼ਤੇ ਨਹੀਂ ਸੁਧਰਦੇ ਤਾਂ ਨੁਕਸਾਨ ਦੋਹਾਂ ਪਾਸਿਆਂ ਤੋਂ ਆਇਆ ਪੰਜਾਬ ਨੂੰ ਸਭ ਤੋਂ ਵੱਧ ਆ ਕਿਉਂਕਿ ਕਈ ਸ਼ਹਿਰ ਉਹਨਾਂ ਦੇ ਖਾਸ ਕਰ ਵੈਨਕੂਵਰ ਬਿਨੀ ਪੈਗ ਬ੍ਰੈਂਪਟਨ ਓਟਵਾ ਇਹ ਸਾਰੇ ਉਹ ਨੇ ਜਿੱਥੇ ਪੰਜਾਬੀਆਂ ਦੀ ਬਹੁਤਾਤ ਹੈ ਪੰਜਾਬੀ ਉੱਥੇ ਬਹੁਤ ਵੱਡੇ ਪੱਧਰ ਤੇ ਰਹਿੰਦੇ ਨੇ ਇਸ ਲਈ ਇਹਨਾਂ ਮਾਮਲਿਆਂ ਦੇ ਵਿੱਚ ਭਾਰਤ ਨੂੰ ਤੇ ਕੈਨੇਡਾ ਨੂੰ ਇਹਨਾਂ ਰਿਸ਼ਤਿਆਂ ਨੂੰ ਸੁਧਾਰਨ ਵਾਸਤੇ ਕੋਈ ਕੰਮ ਕਰਨਾ ਚਾਹੀਦਾ ਹੈ ਜੀ ਇਸ ਦੇ ਨਾਲ ਜੇਕਰ ਗੱਲ ਕੀਤੀ ਹੈ 2024 ਦੀਆਂ ਚੋਣਾਂ ਦੀ ਤਾਂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ ਗੱਠਜੋੜ ਹੋ ਸਕਦਾ ਹੈ ਜੀ ਜਿਸ ਨੂੰ ਲੈ ਕੇ ਇਕੱਠੇ ਚੋਣਾਂ ਜਿਹੜੀਆਂ ਆਪਣੀਆਂ ਲੜ ਸਕਦੇ ਨੇ ਪੰਗੂ ਸਾਹਿਬ ਇਹ ਦੋ ਖਬਰਾਂ ਬੜੀਆਂ ਮਹੱਤਵਪੂਰਨ ਇਸ ਮਾਮਲੇ ਦੇ ਵਿੱਚ ਨਿਕਲੀਆਂ ਨੇ ਸੂਤਰਾਂ ਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਵੱਡੇ ਆਗੂ ਰਾਹੁਲ ਗਾਂਧੀ ਇਸੇ ਤਰ੍ਹਾਂ ਕੇ ਸੀ ਬినੂ ਗੋਪਾਲ ਮਲਕਰਜਨ ਖੜਗੇ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਉਸ ਪੱਧਰ ਤੇ ਉੱਥੇ ਗੱਲਬਾਤ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਚੰਡੀਗੜ੍ਹ ਸਵੇਤੇ 14 ਸੀਟਾਂ ਬਣਦੀਆਂ ਨੇ ਇਹ 7-7 ਸੀਟਾਂ ਤੇ ਲੜ ਸਕਦੇ ਆ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਨਾ ਮਾਲਵੇ ਵਿੱਚ ਮਾਝੇ ਤੇ 도ਆਬੇ ਵਿੱਚ ਕਾਂਗਰਸ ਪਾਰਟੀ ਨੂੰ ਸੀਟਾਂ ਛੱਡੀਆਂ ਜਾ ਸਕਦੀਆਂ ਨੇ ਕਿਹੜੇ-ਕਿਹੜੇ ਜ਼ਿਲ੍ਹੇ ਕਿਹਨੂੰ ਜਾਂਦੇ ਦਿਖਦੇ ਆ 에어ਪੋਰਟਾਂ ਨਸ਼ਰ ਵੀ ਹੋਈਆਂ ਨੇ ਕਹਿੰਦੇ ਸੰਗਰੂਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਪਟਿਆਲਾ ਲੁਧਿਆਣਾ ਤੇ ਚੰਡੀਗੜ ਇਹ ਤਾਂ ਜਾ ਸਕਦੇ ਆ ਨੇ ਆਮ ਆਦਮੀ ਪਾਰਟੀ ਦੇ ਹਿੱਸੇ ਅਮਰਤਸਰ ਗੁਰਦਾਸਪੁਰ ਖੰਡੂਰ ਸਾਹਿਬ ਜਲੰਧਰ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਇਹ ਆ ਸਕਦੀਆਂ ਨੇ ਕਾਂਗਰਸ ਦੇ ਹਿੱਸੇ ਇਹਦਾ ਮਤਲਬ ਰੌਲਾ ਇੱਥੇ ਹੈ ਆ ਜਿਹੜੀਆਂ ਸੀਟਾਂ ਮਾਲਵੇ ਵਾਲੀਆਂ ਨੇ ਜਿਹੜੇ ਜਿਹੜੇ ਬੰਦੇ ਇੱਥੇ ਕਾਂਗਰਸ ਪਾਰਟੀ ਦੇ ਬੈਠੇ ਹੈ ਜਿਵੇਂ ਦੋ ਬਠਿੰਡਾ ਤੇ ਫਿਰੋਜ਼ਪੁਰ ਦਾ ਕਲੀਦਲ ਕੋਲੇ ਹੈ ਫਰੀਦਕੋਟ ਮੁਹੰਮਦ ਸਦੀਕ ਸਾਹਿਬ ਕੋਲੇ ਹੈ ਪਟਿਆਲਾ ਸ਼੍ਰੀਮਤੀ ਪ੍ਰਦੀਪ ਕੌਰ ਅੱਜ ਕੱਲ ਤਾਂ ਹੈ ਨਹੀਂ ਕਾਂਗਰਸ ਦੇ ਵਿੱਚ ਲੁਧਿਆਣਾ ਰਵਨੀਤ ਬਿੱਟੂ ਚੰਡੀਗੜ੍ਹ ਕਿਰਨ ਖੇਰ ਸੰਗਰੂਰ ਸਮਰਜੀਤ ਸਿੰਘ ਬਾਦਲ ਦੋ ਤੇ ਇੱਕ ਤਿੰਨ ਕਾਲੀਆਂ ਕੋਲੇ ਚਲੀਆਂ ਗਈਆਂ ਇਧਰੋਂ ਚੌਥੀ ਚੰਡੀਗੜ੍ਹ ਦੀ ਤੇ ਕਾਂਗਰਸ ਦੀ ਜਿਹੜੀ ਇਫੈਕਟ ਹੁੰਦੀ ਆ ਦੋ ਹੀ ਸੀਟਾਂ ਹੁੰਦੀਆਂ ਨੇ ਇੱਕ ਲੁਧਿਆਣਾ ਇੱਕ ਫਰੀਦਕੋਟ ਬਾਕੀ ਤਾਂ ਉਹਦੇ ਕੋਲ ਹੈ ਨਹੀਂ ਇਸੇ ਤਰ੍ਹਾਂ ਜਿਹੜਾ ਇੰਡੀਆ ਹੈ ਉਹਦੇ ਵਿੱਚ ਰਹਿ ਇਹ ਚੱਲਦੀ ਆ ਕਿ ਕਾਂਗਰਸ ਨੂੰ ਦਿਓ ਜੀ 50% ਸੀਟਾਂ ਬਾਕੀ ਸਾਰੇ ਜਨ ਲੜ ਲੈਣ ਪਰ ਉਹਦੇ ਵਿੱਚ ਜਿਹੜੇ ਪੰਜ ਰਾਜ ਨੇ ਜਿੱਥੇ ਚੋਣਾਂ ਹੋ ਰਹੀਆਂ ਨੇ ਇਹਨਾਂ ਦੀ ਭੂਮਿਕਾ ਬਹੁਤ ਬਹੁਤ ਜ਼ਰੂਰ ਹੈ ਪੰਗੂ ਸਾਹਿਬ ਤੁਸੀਂ ਆਪ ਜਾ ਕੇ ਦੇਖੋ ਜੀ ਕਿ ਜਿਹੜਾ ਕਾਂਗਰਸ ਪਾਰਟੀ ਆ ਇਹ ਬਹੁਤ ਵੱਡਾ ਦਬਦਬਾ ਇਹਦਾ ਜਾਂ ਭਾਰਤੀ ਜਨਤਾ ਪਾਰਟੀ ਸਾਰੇ ਰਾਜਾਂ 'ਚ ਜਾਂ ਕਾਂਗਰਸ ਹੈ ਬਾਕੀ ਤਾਂ ਕੋਈ ਪਾਰਟੀ ਸਾਰੇ ਰਾਜਾਂ 'ਚ ਹੈ ਨਹੀਂ ਉਹ ਆਮ ਆਦਮੀ ਪਾਰਟੀ ਦਾ ਤਾਂ ਜਿਆਦਾ ਦਿੱਲੀ ਤੇ ਪੰਜਾਬ ਹੀ ਆ ਨਾ ਦਿੱਲੀ ਦੇ ਵਿੱਚ ਕਾਂਗਰਸ ਦੇ ਕੋਲ ਨਾ ਆਮ ਆਦਮੀ ਪਾਰਟੀ ਕੋਲ ਦੁਨਾਂ ਕੋਲੇ ਕੋਈ ਸੀਟ ਨਹੀਂ ਜੇ ਉੱਥੇ ਇਹਨਾਂ ਦਾ 4-3 ਦਾ ਬਣ ਗਿਆ ਗੱਠਜੋੜ 4 ਆਮ ਆਦਮੀ ਕੋਲੇ 3 ਕਾਂਗਰਸ ਕੋਲੇ ਕਿਉਂਕਿ ਕਾਂਗਰਸ ਕੋਲੇ ਉੱਥੇ ਮੈਲੇ ਤਾਂ ਕੋਈ ਹੈ ਨਹੀਂ ਇੱਕ ਅੱਧਾ ਹੀ ਸੋ ਇਹ ਵੱਡੇ ਪੱਦਰ ਦੇ ਉੱਤੇ ਚੱਲ ਰਿਹਾ ਪਰ ਜਦੋਂ ਇਹ ਪੰਜ ਰਾਜਾਂ ਦਾ ਨਤੀਜਾ ਆ ਗਿਆ ਅਸਲ ਸਥਿਤੀ ਸਾਨੂੰ ਉਦੋਂ ਪਤਾ ਲੱਗੇਗੀ ਜੀ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਹੈ ਭਾਈ ਅਮਰਤਪਾਲ ਦੀ ਤਾਂ ਅਮਰਤਪਾਲ ਦੇ ਪਿਤਾ ਨੂੰ ਅੰਮ੍ਰਿਤਸਰ 에어ਪੋਰਟ ਤੋਂ ਜਿਹੜਾ ਵਾਪਸ ਮੁੜਿਆ ਗਿਆ ਜੀ ਪੁੱਛ ਗਿਸ਼ ਤੋਂ ਬਾਅਦ ਪੰਗੂ ਸਾਬ ਉਹ ਦਕੋਹਾ ਜਾਣ ਚਾਹੁੰਦੇ ਸੀ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਹਵਾਈ ਅੱਡਾ ਰਾਜਾ ਸੰਸੀ ਉੱਥੇ ਜਦੋਂ ਉਹ ਗਏ ਉਹਨਾਂ ਨੂੰ ਵਾਪਸ ਭੇਜਤਾ ਅਜੇ ਤੱਕ ਇਹ ਨਹੀਂ ਪਤਾ ਕਿਉਂ ਭੇਜਿਆ ਗਿਆ ਲੇਕਰ ਵਾਪਸ ਭੇਜਤਾ ਉਧਰ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲਾ ਰੱਖਿਆ ਇਹਨਾਂ ਨੇ ਉਹਦੇ ਚਾਚੇ ਤੇ ਆ ਕਈ ਹੋਰ ਨਾਂ ਤੇ ਮੇਰਾ خیال ਸਾਡੀਆਂ ਏਜੰਸੀਆਂ ਨੇ ਉੱਥੇ ਇਮੀਗ੍ਰੇਸ਼ਨ ਨੂੰ ਦਿੱਤਾ ਹੋਊਗਾ ਇਸ ਤੋਂ ਪਹਿਲਾਂ ਇਹਦੀ ਧਰਮ ਪਤਨੀ ਨੂੰ ਵੀ ਰੋਕਿਆ ਗੈਸ ਜੀ ਇਸ ਦੇ ਨਾਲ ਇਹ ਇੱਕ ਗੱਲ ਕੀਤੀ ਹੈ ਪ੍ਰੋਫੈਸਰ ਸਾਬਕਾ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਦੇ ਮਾਮਲੇ ਦੀ ਤਾਂ ਉਸ ਨੂੰ ਲੈ ਕੇ ਸੁਨੀਲ ਜਾਖੜ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਜੀ ਦੇਖੋ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਦੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਔਰ ਸਰਕਾਰ ਇੱਥੇ ਘਿਰਦੀ ਜਾ ਰਹੀ ਹੈ ਸਰਕਾਰ ਆਪ ਮੌਕੇ ਦੇ ਰਹੀ ਹੈ ਦੂਜੀਆਂ ਸਿਆਸੀ ਪਾਰਟੀਆਂ ਨੂੰ ਮੁੱਦੇ ਬਣਾ ਬਣਾ ਕੇ ਤੁਸੀਂ ਦੇਖੋ ਕਿ ਅਕਾਲੀ ਦਲ ਬਲੋਂ ਵਿਕਰਮ ਸਿੰਘ ਵਿਜੀਠੀਆ ਕਾਂਗਰਸ ਪਾਰਟੀ ਵਾਲੇ ਜਾਖੜ ਸਾਹਿਬ ਇਹ ਤਮਾਮ ਆਗੂ ਸਭ ਤੋਂ ਵੱਡੀ ਗੱਲ ਉਸ ਵੇਲੇ ਹੋਗੀ ਜਦੋਂ ਭਾਰਤੀ ਕਿਸਾਨ ਯੂਨੀਅਨ ਵੀ ਇਹਦੇ ਹੱਕ ਵਿੱਚ ਆ ਗਈ ਕਿ ਕਿਤੇ ਸਾਨੂੰ ਨਾ ਮੋਰਚਾ ਲਾਉਣਾ ਪੈ ਜੇ ਇਹ ਰਾਜਪਾਲ ਸਾਹਿਬ ਕੋਲੇ ਗਏ ਨੇ ਰਾਜਪਾਲ ਸਾਹਿਬ ਨੇ ਭਰੋਸਾ ਦਿੱਤਾ ਕਿ ਅਸੀਂ ਇਸ ਨੂੰ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀ ਨਵੀਂ ਗੱਲ ਇਹਦੇ ਵਿੱਚ ਇਹ ਹੈ ਕਿ ਕਿਸਾਨ ਜਥੇਬੰਦੀਆਂ ਅਣ ਮਿੱਥੇ ਸਮੇਂ ਦਾ ਹੜਤਾਲ ਵਗੈਰਾ ਵੀ ਕਰ ਸਕਦੀਆਂ ਨੇ ਜਿੱਥੇ ਉਹ ਮੋਰਚਾ ਲੱਗਿਆ ਵਾ ਕਿਸਾਨ ਜਥੇਬੰਦੀਆਂ ਉਹਦੇ ਵਿੱਚ ਜਾ ਕੇ ਵੀ ਸ਼ਾਮਲ ਹੋ ਸਕਦੀਆਂ ਨੇ ਔਰ ਇਹ ਪ੍ਰੋਫੈਸਰ ਇੱਕ ਪਰਚਾ ਦਰਜ ਕਰਤਾ ਉਹਨਾਂ ਦੇ ਪਰਿਵਾਰ ਤੇ ਜਦ ਕਿ লাশ ਮਿਲੀ ਨਹੀਂ ਸੀ ਉਦੋਂ ਪਹਿਲਾਂ ਤੁਸੀਂ ਕਿਵੇਂ ਇਹ ਮੰਨ ਲਿਆ ਕਿ ਖੁਦਕਸ਼ੀ ਹੈ ਉਹ ਸ਼ਾਇਦ ਜਦੋਂ ਵੀ ਹਾਈ ਕੋਰਟ ਦੇ ਵਿੱਚ ਗਿਆ ਉੱਥੇ ਸਰਕਾਰ ਨੂੰ ਮੂੰਹ ਦਿਖਾਣੀ ਪੈਣੀ ਹੈ ਕਾਨੂੰਨੀ ਪੱਖ ਤੋਂ ਸੋ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਨੇ ਵਿਰੋਧੀ ਧਿਰਦੀਆਂ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਵਾਲੇ ਮਾਮਲੇ ਦੇ ਵਿੱਚ ਸਾਰੀਆਂ ਇੱਕ ਪੰਚ ਤੇ ਆ ਗਈਆਂ ਪਰਿਵਾਰ ਨੇ ਇਹ ਕਹਿਤਾ ਕਿ ਜਦੋਂ ਤੱਕਰ ਕੇਸ ਦਰਜ ਨਹੀਂ ਹੁੰਦਾ ਮੰਤਰੀ ਤੇ ਉਦੋਂ ਤੱਕ ਅਸੀਂ ਇਸ ਮਾਮਲੇ ਦੇ ਵਿੱਚ ਪੋਸਟ ਮੌਰਟਮ ਨਹੀਂ ਕਰਾਉਣਾ ਲਾਸ਼ ਰੋਪੜ ਦੇ ਹਸਪਤਾਲ ਦੇ ਵਿੱਚ ਪਈ ਹੈ ਕੋਈ ਵਿਅਕਤੀ ਉੱਥੇ ਜਾਣ ਨੂੰ ਤਿਆਰ ਨਹੀਂ ਜਦੋਂ ਤੱਕਰ ਉਹ ਕਹਿੰਦੇ ਅਸੀਂ ਉਦੋਂ ਗੱਲ ਮੰਨਾਂਗੇ ਉਦੋਂ ਸਸਕਾਰ ਕਰਾਂਗੇ ਪੋਸਟਮਾਰਟਮ ਵੀ ਉਦੋਂ ਕਰਾਵਾਂਗੇ ਜਦੋਂ ਕਿਉਂਕਿ ਜਿਹੜਾ ਸੁਸਾਈਡ ਨੋਟ ਆਇਆ ਹੈ ਉਹਦੇ ਉੱਤੇ ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਹੈ ਕਿ ਜਿਹੜਾ ਬੰਦਾ ਮਰਨ ਵੇਲੇ ਇਸ ਤਰ੍ਹਾਂ ਦਾ ਲਿਖਦਾ ਉਹ ਸੱਚਾ ਹੁੰਦਾ ਹੈ ਇਹਦਾ ਮਤਲਬ ਜਿਹੜਾ ਮੰਤਰੀ ਦਾ ਨਾਮ ਆਇਆ ਗਿਆ ਨਾਲ ਉਹਨੇ ਲਿਖਿਆ ਸੀ ਕਿ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਉਹ ਸੁਸਾਈਡ ਦੇ ਵਿੱਚ ਉਹ ਮੰਤਰੀ ਜੀ ਨੂੰ ਸਿਰਫ ਤੇ ਸਿਰਫ ਦੋਸ਼ੀ ਟਾਇਰ ਹੁੰਦੀ ਹੈ ਇਹ ਪਰਤਾਲ ਕਰ ਲੈਣਾ ਕਿ ਉਹ ਦੋਸ਼ੀ ਹੈ ਜਾਂ ਨਹੀਂ ਹੈ ਉਹਨੇ ਕਿਹਾ ਸੀ ਮੇਰੇ ਪਰਿਵਾਰ ਦੇ ਕਿਸੇ ਸਹੁਰਾ ਜਾਂ ਪੇਕਾ ਪਰਿਵਾਰ ਚੋਂ ਕਿਸੇ ਨੇ ਛੇੜਿਆ ਨਾ ਇਹਨਾਂ ਨੇ ਤਾਂ ਪਰਚਾ ਤਾਂ ਜਦ ਦਰਜ ਕਰਤਾ ਪਤੀ ਤੇ ਤੇ ਸਹੁਰੇ ਤੇ ਸੋ ਸਰਕਾਰ ਇਸ ਮਾਮਲੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਜੀ ਇਸ ਦੇ ਨਾਲ ਇਹ ਇੱਕ ਗੱਲ ਕੀਤੀ ਹੈ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਜੀ ਜੋ ਕਿ ਪਟਿਆਲੇ ਤੋਂ ਜਿੱਤੇ ਸਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਨ ਨੇ ਔਰ ਪਤਾ ਡਾਕਟਰ ਧਰਮਵੀਰ ਗਾਂਧੀ ਇੱਕ ਸੀਨੀਅਰ ਪਾਰਲੀਮੈਂਟਰੀਅਨ ਨੇ ਸਾਬਕਾ ਉਹਨਾਂ ਨੇ ਕੰਮ ਬਹੁਤ ਕੀਤਾ ਹੈ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਉੱਤੇ ਤੇ ਖਾਸ ਕਰ ਜਿਹੜਾ ਇਹ ਆ ਮਾਮਲਾ ਹੈਗਾ ਸਹਾਇਕ ਪ੍ਰੋਫੈਸਰ ਵਾਲਾ ਜਾਂ ਐਸਵਾਈਐਲ ਵਾਲਾ ਇਹਦੇ ਤੇ ਪੰਗੂ ਸਾਹਿਬ ਉਹ ਬੜੇ ਕਲੀਅਰ ਨੇ ਜੀ ਜਿਵੇਂ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਕਿ ਭਗਵੰਤ ਮਾਨ ਜਿਹੜਾ ਇੱਕ ਤਰੀਕ ਨੂੰ ਵਾਇਸ ਕਰਾ ਰਿਹਾ ਇਹ ਜੋ ਨਿਕਲਣਾ ਕੱਖ ਨਹੀਂ ਇਹੋ ਚੀਜ਼ ਡਾਕਟਰ ਵੀਰ ਗਾਂਧੀ ਕਹਿੰਦੀ ਹੈ ਉਹ ਕਹਿੰਦੇ ਪੜ੍ਹੇ ਲਿਖੇ ਪ੍ਰੋਫੈਸਰ ਉਹਨਾਂ ਦਾ ਉਧਰ ਵੀ ਸੰਬੰਧ ਹੈ ਤੇ ਐਸਵਾਈਐਲ ਤੇ ਵੀ ਕਹਿੰਦੇ ਤੁਹਾਡੇ ਪੁਤਲੇ ਫੂਕ ਰਿਹਾ ਤੁਹਾਡਾ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਪੈ ਗਿਆ ਤੁਸੀਂ ਭਗਵੰਤ ਮਾਨ ਨੇ ਜੋ ਕਿਹਾ ਸੀ ਉਹ ਅੱਜ ਕਰਕੇ ਨਹੀਂ ਦਿਖਾਇਆ ਜਾ ਰਿਹਾ ਹੈ ਉਹ ਕਹਿੰਦੇ ਤੁਹਾਡੀ ਪੁਲਿਸ ਮੰਤਰੀ ਦਾ ਨਾਂ ਐਫ ਆਈ ਆਰ 'ਤੇ ਨਹੀਂ ਪਾਇਆ ਸਕੋਂ ਉਸ ਬੱਚੀ ਦੇ ਪਤੀ ਨੂੰ ਹੀ ਹਵਾਲਾ 'ਤੇ ਬਿਠਾਤਾ ਤਿੰਨ ਵਾਰ ਨਾਂ ਲਿਖਿਆ ਉਹਨੇ ਉਸ ਸਰਕਾਰ ਨੂੰ ਦਿਸਦਾ ਨਹੀਂ ਮੰਤਰੀ ਦਾ ਤੇ ਉਹਨੇ ਕਥਤ ਰੂਪ ਦੇ ਵਿੱਚ ਖੁਦਕਸ਼ੀ ਕੀਤੀ ਉਹਨਾਂ ਨੇ ਸੰਘਰਸ਼ ਦੀ ਵੀ ਹਮਾਇਤ ਕੀਤੀ ਹੈ ਜਿਹੜੇ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਉੱਤੇ ਕਰ ਰਹੇ ਨੇ ਉਹਨਾਂ ਨੇ ਐਸਵੀਐਲ ਦੇ ਉੱਤੇ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਘੇਰਿਆ ਗਾਂਧੀ ਸਾਹਿਬ ਸਾਬਕਾ ਮੈਂਬਰ ਪਾਰਲੀਮੈਂਟਰੀ ਤੇ ਆਮ ਆਦਮੀ ਪਾਰਟੀ ਦੇ ਨੇ ਭਗਵੰਤ ਮਾਨ ਤੇ ਉਹ ਤਾਂ ਇਕੱਠੇ ਬੈਠੇ ਹੁੰਦੇ ਸਨ ਪਾਰਲੀਮੈਂਟ ਦੇ ਵਿੱਚ ਜੀ ਜੀ ਇਸ ਦੇ ਨਾਲ ਹੀ ਇੱਕ ਗੱਲ ਕੀਤੀ ਸ਼੍ਰੋਮ ਨੇ ਇਕੱਲੇ ਦਲ ਦੀ ਤਾਂ ਉਹਨਾਂ ਦੇ ਬਲਾਕ ਪ੍ਰਧਾਨ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਜੀ ਪਤਾ ਲੱਗਿਆ ਜੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਕਾਫੀ ਵਾਇਰਲ ਹੋ ਰਹੀ ਹੈ ਇਹ ਸਰਕਲ ਪ੍ਰਧਾਨ ਨੇ ਜੀ ਜਥੇਦਾਰ ਹਰਮਿੰਦਰ ਸਿੰਘ ਪੱਤੋ ਉਹੀ ਇਲਜ਼ਾਮ ਇਹਨਾਂ ਨੇ ਲਾਤਾ ਕਿ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਭਾਰੂ ਹੈ। ਪੁਰਾਣਾ ਅਕਾਲੀ ਦਲ ਕਿਤੇ ਰਿਹਾ ਨਹੀਂ। ਤੇ ਅੱਜ ਜਿਵੇਂ ਪਰਿਵਾਰਵਾਦ ਬਹੁਤ ਵੱਡੇ ਪੱਧਰ ਤੇ ਭਾਰੂ ਹੋ ਗਿਆ। ਇਹਨਾਂ ਦਾ ਕਹਿਣਾ ਹੈ ਕਿ ਫਿਰ ਮੈਂ ਅਕਾਲੀ ਦਲ ਵਿੱਚ ਨਹੀਂ ਰਹਿੰਦਾ। ਇਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ। ਧਾਰਗ ਹੋ ਗਏ ਨੇ। ਜੀ। ਜੀ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਮਾਮੂਲੀ ਜਿਹੜੀ ਝੋਟ ਆਈ ਹੈ ਜੀ ਹਾਂ ਉਹ ਹਲਦਵਾਨੀ ਵਾਲੇ ਪਾਸੇ ਨੂੰ ਜਾ ਰਹੇ ਸੀ ਜਿੱਥੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਡਵਾਈਡਰ ਦੇ ਨਾਲ ਗੱਡੀ ਟਕਰਾ ਗਈ ਐਕਸਟੇ ਪੋਸਟ ਵਿੱਚ ਉਹਨਾਂ ਨੇ ਕਿਹਾ ਹੈ ਉਹਨਾਂ ਦੇ ਮਾਮੂਲੀ ਸੱਟਾਂ ਵੱਜੀਆਂ ਉੱਥੋਂ ਨਜ਼ਦੀਕੀ ਹਸਪਤਾਲ ਵਿੱਚ ਚਲੇ ਜਾਇਆ ਗਿਆ ਮੁੱਢਲੀ ਸਹਾਇਤਾ ਤੋਂ ਬਾਅਦ ਕਹਿੰਦੇ ਆ ਕਿ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਦੇ ਚਾਰਜ ਕਰਤਾ ਤੁਹਾਨੂੰ ਯਾਦ ਹੋਵੇਗਾ ਪੰਗੂ ਸਾਹਿਬ ਜੀ ਜਦੋਂ ਐਕਟਿਵ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਤੋਂ ਪਹਿਲਾਂ ਹਰੀਸ਼ रावत ਪੰਜਾਬ ਮਾਮਲਿਆਂ ਦੇ ਇੰਚਾਰਜ ਸੀ ਉਸ ਤੋਂ ਬਾਅਦ ਹੀ ਰਾਜਸਥਾਨ ਵਾਲੇ ਹਰੀ ਚੌਧਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਕਾਂਗਰਸ ਵੱਲੋਂ ਔਰ ਹਰੀਸ਼ रावत ਦੇ ਉੱਤੇ ਬੜੇ ਇਲਜ਼ਾਮ ਲੱਗ ਰਹੇ ਨੇ ਟਿਕਟਾ ਟੁਕਟਾਂ ਦੇ ਵੀ ਬੜੇ ਇਲਜ਼ਾਮ ਲੱਗੇ ਸੀ ਸੋ ਇਹ ਸਾਬਕਾ ਮੁੱਖ ਮੰਤਰੀ ਹੈ ਉੱਤਰਾਖੰਡ ਦੇ ਜੀ ਜੀ ਇਸ ਦੇ ਨਾਲ ਹੀ ਇੱਕ ਗੱਲ ਕੀਤੀ ਜਾਵੇ ਹਰਜੋਤ ਬੈਂਸ ਦੀ ਦਾ ਹਰਜੋਤ ਬੈਂਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਕਾਨੂੰਨੀ ਸਲਾਹਕਾਰ ਨੇ ਅਰਸ਼ਦੀਪ ਸਿੰਘ ਕਲੇਰ ਉਹ ਕਹਿੰਦੇ ਕਿ ਪਾਲਸ ਬਚਾਅ ਕਰ ਰਹੀ ਹੈ ਕਿਉਂਕਿ ਪਰਚਾ ਤਾਂ ਜਿਨ੍ਹਾਂ ਦੀ ਧੀ ਗਈ ਜਿਨ੍ਹਾਂ ਦੀ ਨੂੰ ਗਈ ਉਹਨਾਂ ਤੇ ਦਰਜ ਕਰਤਾ ਨੂੰ ਆਲਿਆਂ ਤੇ ਤੇ ਮੰਤਰੀ ਜੀ ਨੂੰ ਉਹ ਵਿਚਾਰ ਰਹੀ ਹੈ ਉਹ ਕਹਿੰਦੇ ਕਿ ਐਨੇ ਦਿਨ ਬੀਤ ਜਾਣ ਦੇ ਬਾਅਦ ਹਲੇ ਤੱਕ ਸਹੀ ਰੂਪ ਦੇ ਵਿੱਚ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਸੋ ਉਨਾ ਦੇ ਕਹਨੇ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਦਾ ਦੋਗਲਾਪਨ ਦੂਰਾ ਚਿਹਰਾ ਨਜ਼ਰ ਆ ਰਿਹਾ ਹੈ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਸਹੀ ਰੂਪ ਦੇ ਵਿੱਚ ਸਹੀ ਪਰਚਾ ਦਰਜ ਕਰਨਾ ਚਾਹੀਦਾ ਜੀ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੇ ਜੂਥ ਆਗੂ ਸ਼ੈਰੀ ਰਿਆੜ ਦੀ ਤਾਂ ਉਹਨਾਂ ਨੂੰ ਪੰਜਾਬ ਦਾ ਮੀਡੀਆ ਕਨਵੀਨਰ ਜਿਹੜਾ ਹੁਲਗਾਇਆ ਗਿਆ ਮਨਸੇਮਨ ਸਿੰਘ ਰਿਆੜ ਈ ਸਿਰਨਾ ਕੋ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜੇ ਹੈ ਇਹਨਾਂ ਨੂੰ ਪੰਜਾਬ ਜੂਤ ਕਾਂਗਰਸ ਦੇ ਵਿੱਚ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਜਿਹੜੇ ਸਾਡੇ ਜੂਤ ਕਾਂਗਰਸ ਦੇ ਪ੍ਰਧਾਨ ਨੇ ਸਾਬਕਾ ਮੰਤਰੀ ਬ੍ਰਹਮੇਂਦਰਾ ਦੇ ਸੁਪੁੱਤਰ ਮੋਹਿਤ ਬੇਂਦਰਾ ਸਾਹਿਬ ਉਹਨਾਂ ਨੇ ਇਹਨਾਂ ਨੂੰ ਇਹ ਨਾਮਜ਼ਦਗੀ ਦਿੱਤੀ ਹੈ ਉਮੀਦ ਹੈ ਕਿ ਇਹ ਆਲਦੀਪ ਇਸ ਆਲਦੀ ਨੂੰ ਚੰਗੀ ਤਰ੍ਹਾਂ ਨਿਭਾਉਣਗੇ ਤੇ ਕਾਂਗਰਸ ਲਈ ਚੰਗਾ ਕੰਮ ਵੀ ਕਰਨਗੇ ਇਹ ਇਹਨਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ ਜਦੋਂ ਕਿਸੇ ਬੰਦੇ ਨੂੰ ਲਾਇਆ ਜਾਂਦਾ ਜਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਪਾਰਟੀ ਦੀ ਮਜ਼ਬੂਤੀ ਲਈ ਹੀ ਹੋਇਆ ਕਰਦੀ ਹੈ ਇਹ ਕਹਿਣਾ ਹੈਗਾ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਜੀ ਧੰਨਵਾਦ ਜੀ ਇਹ ਸੰਡੀ 5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਬੁਖ ਬੁਖਰੇ ਮੁੱਦੇ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸੰਦੇ ਇਜਾਜ਼ਤ ਧੰਨਵਾਦ